16 ਫਰਵਰੀ ਨੂੰ ਇੱਕ ਪੀਸੀ ਜੂਲਰ ਦੇ ਦੇ ਵਿੱਚ ਇੱਕ ਥੈਫਟ ਹੋਈ ਸੀ ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਗਿਆ ਸੀ ਵੀ ਲਗਭਗ 75 ਲੱਖ ਹੈ ਜਿਹੜਾ ਤੇ ਵੈਲਿਊ ਦੀ ਜਿਹੜੀ ਜੂਲਰੀ ਹੈ ਗੋਲਡ ਜੂਲਰੀ ਉਹ ਸਾਡੇ ਜਿਹੜੀ ਹੈ ਚੋਰੀ ਹੋ ਗਈ ਅਤੇ ਉਹਨਾਂ ਨੂੰ ਇਹ ਅਵੇਅਰ ਨਹੀਂ ਸੀ ਵੀ ਕਿਵੇਂ ਉਹਦੇ 'ਚੋਂ ਮਾਲ ਸਾਡਾ ਘੱਟ ਗਿਆ ਅਤੇ ਉਹ ਚੋਰੀ ਕਿਵੇਂ ਹੋ ਗਿਆ ਪਹਿਲਾਂ ਅਨਿਸ਼ਲ ਉਹਨਾਂ ਦਾ ਸ਼ੰਕਾ ਇਹ ਸੀ ਪੁਲਿਸ ਨੇ ਬੜਾ ਇਹਦੇ ਨਾਲ ਡੂੰਘਾਈ ਨਾਲ ਕੰਮ ਕਰਦੇ ਹਾਂ ਜਿਵੇਂ ਬਾਕੀ ਜਿਹੜੇ ਮੇਜਰ ਕੇਸਿਸ ਟਰੇਸ ਕੀਤੇ ਆ ਉਹਦੇ ਵਿੱਚ ਹੀ ਅਸੀਂ ਟਰੇਸ ਕਰਦੇ ਕਰਦੇ ਅਲਟੀਮੇਟਲੀ ਕਾਮਯਾਬੀ ਮਿਲੀ ਜਦੋਂ ਇਹ ਪਾਇਆ ਗਿਆ ਕਿ ਇਹਨਾਂ ਦਾ ਆਪਦਾ ਹੀ ਬੰਦਾ ਜਿਹੜਾ ਕਿ ਜਿਹਦੇ ਕੋਲ ਉਹ ਜਿਹੜਾ ਮੇਨ ਉਹਦਾ ਸਟੋਰ ਹੈ ਜਿਹਦੀ ਚਾਬੀ ਉਹਦੇ ਕੋਲ ਹੁੰਦੀ ਹੈ ਉਹਦੇ ਵਿੱਚੋਂ ਉਹਨੇ ਖਸਕਾ ਲਿਆ ਸਮਾਨ ਅਤੇ ਉਹ ਖਸਕਾ ਕੇ ਉਹਦਾ ਮਕਸਦ ਇਹ ਸੀ ਵੀ ਇੱਥੋਂ ਮੈਂ ਸ਼ਿਫਟ ਹੋ ਕੇ ਲੁਧਿਆਣੇ ਤੋਂ ਨੇਪਾਲ ਚਲੇ ਜਾਊਂਗਾ ਇਹ ਪੈਸੇ ਲੈ ਕੇ ਸੋਨਾ ਲੈ ਕੇ ਅਤੇ ਉੱਥੇ ਜਾ ਕੇ ਮੈਂ ਉੱਥੇ ਰਹਿਣਾ ਸ਼ੁਰੂ ਕਰ ਦੂੰਗਾ ਫਿਰ ਉਹਨੂੰ ਇਹ ਸ਼ੱਕ ਪਿਆ ਵੀ ਰਸਤੇ ਦੇ ਵਿੱਚ ਮੈਂ ਫੜਿਆ ਨਾ ਜਾਵਾਂ ਅਤੇ ਉਹ ਛੱਡ ਕੇ ਵੀ ਕੁਛ ਚਿਰ ਮੈਂ ਪਾਸੇ ਹੋ ਜਾਂਦਾ ਬਾਅਦ ਦੇ ਵਿੱਚ ਚਲੇ ਜਾਊਂ ਨੇਪਾਲ ਪਹੁੰਚ ਗਿਆ ਨੇਪਾਲ ਪਹੁੰਚਣ ਤੋਂ ਬਾਅਦ ਉਹਨੇ ਉੱਥੇ ਵਾਰ ਵਾਰ ਇੱਥੇ ਬੰਦਿਆਂ ਨਾਲ ਲਿੰਕ ਕਰਕੇ ਵੀ ਇਹਨੂੰ ਵੇਚ ਦਿਓ ਸੋਨੇ ਨੂੰ ਅਤੇ ਕੁਛ 8-10 ਲੱਖ ਰੁਪਇਆ ਤੁਸੀਂ ਰੱਖ ਕੇ ਬਾਕੀ ਪੈਸੇ ਨੇਪਾਲ ਮੈਨੂੰ ਭੇਜ ਦਿਓ ਬਟ ਉਹ ਲੋਕਾਂ ਦੀ ਵੀ ਸ਼ਾਬਾਸ਼ ਜਿਨ੍ਹਾਂ ਨਾਲ ਤਾਲਮੇਲ ਕੀਤਾ ਅਤੇ ਉਹਨਾਂ ਨੇ ਜਿਹਨੇ ਇਹਨੂੰ ਹੱਥ ਪੱਲਾ ਨਾ ਫੜਾਉਣ ਅਤੇ ਵਾਪਸ ਆਇਆ ਨੇਪਾਲ ਦੇ ਉੱਤੋਂ ਉਹਦੇ ਵਿੱਚ ਅਸੀਂ ਸਾਰਾ ਉਹ ਐਵੀਡੈਂਸ ਉਹਦੇ ਨਾਲ ਲਾਵਾਂਗੇ ਇਹਦਾ ਜਾਣਾ ਆਉਣਾ ਕਿੱਥੇ ਸਟੇ ਕੀਤਾ ਉਹ ਅਸੀਂ ਰਿਕਾਰਡ ਕਲੈਕਟ ਕਰ ਰਹੇ ਹਾਂ ਵਾਪਸ ਆ ਕੇ ਇਹ ਖੁਦ ਕਿਉਂਕਿ ਇਹਨੂੰ ਆਪ ਜੁਐਲਰੀ ਦੇ ਨਾਲ ਸੰਬੰਧਿਤ ਹੈ ਅਤੇ ਉੱਥੇ ਹੀ ਉਹਨਾਂ ਦੇ ਵਿੱਚ ਤਣਾਅ ਸੀਗਾ ਖੁਦ ਵੇਚਣ ਜਾ ਰਿਹਾ ਸੀ ਜਦੋਂ ਸਾਡੀ ਪੁਲਿਸ ਪਾਰਟੀ ਨੇ ਇਹਨੂੰ ਸਾਰੇ 100% ਗੋਲਡ ਜਿਹਦੀ ਲਗਭਗ 75 ਲੱਖ ਕੀਮਤ ਹੈ ਉਹ ਫੜ ਲਿਆ ਅਤੇ ਇਹਨੂੰ ਅਸੀਂ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲਵਾਂਗੇ ਸਰ ਇਸ ਤੋਂ ਪਹਿਲਾਂ ਵੀ ਕੋਈ ਕੋਸ਼ਿਸ਼ ਹੋਈ ਸੀ ਇਹਦੇ ਵਾਲੇ ਪ੍ਰਯਾਸ ਕੀਤਾ ਗਿਆ ਸੀ ਦੁਕਾਨ 'ਤੇ ਜਾਂ ਕੋਈ ਗੱਲਬਾਤ ਉਹ ਕਹਿੰਦੇ ਵੀ ਇਹਦੇ ਵੱਲੋਂ ਤਾਂ ਹਜੇ ਕੋਈ ਪ੍ਰਯਾਸ ਨਹੀਂ ਮਨ ਦੇ ਵਿੱਚ ਇਹਦੇ ਕੀ ਚੱਲ ਰਿਹਾ ਸੀ ਉਹ ਇਹ ਤਾਂ ਹੁਣ ਇਹ ਕਹਿ ਲਓ ਵੀ ਇਹਦੇ ਮਨ 'ਚ ਇਹ ਚੱਲ ਰਿਹਾ ਸੀ ਇਹਦਾ ਦੁੱਧ ਦੀ ਰਾਖੀ ਬਿੱਲਾ ਬੈਠਾ ਸੀ ਸੋਚੀ ਜਾਂਦਾ ਸੀ ਵੀ ਕਦੋਂ ਦਾ ਲਾਵਾਂ ਅਤੇ ਜਦੋਂ ਦਾ ਲੱਗਿਆ ਉਹਨੇ ਦਾ ਲਾ ਲਿਆ ਪਰ ਪੁਲਿਸ ਇੱਥੇ ਨੂੰ ਹੀ ਮਸਤੈਦ ਹੈ ਸਮਾਜ ਦਾ ਦਸਤੂਰ ਹੈ ਕੌਣ ਬ੍ਰੀਚ ਆਫ ਟਰੱਸਟ ਕੌਣ ਕਰਦਾ ਜਿਹੜਾ ਤੁਹਾਡਾ ਵਿਸ਼ਵਾਸਘਾਤ ਕੌਣ ਕਰਦਾ ਜਿਹਦੇ ਤੇ ਵਿਸ਼ਵਾਸ ਕਰਦੇ ਹੋ ਤੁਸੀਂ ਜਿਹਦੇ ਤੇ ਵਿਸ਼ਵਾਸ ਹੀ ਨਹੀਂ ਕਰਦੇ ਪੀਸੀ ਜੂਲਰ ਦੇ ਜਿਹਦੇ ਤੇ ਵਿਸ਼ਵਾਸ ਨਹੀਂ ਕਰਦੇ ਅੰਦਰ ਵੜਨ ਹੀ ਨਹੀਂ ਦਿੰਦੇ ਤੇ ਉਹ ਕਿਵੇਂ ਚੋਰੀ ਕਰ ਲੈਂਦਾ ਹਰ ਸਮਾਜ ਦੇ ਵਿੱਚ ਹਰ ਬੰਦਾ ਕਿਸੇ ਨਾ ਕਿਸੇ 'ਤੇ ਵਿਸ਼ਵਾਸ ਕਰਦਾ ਇਹ ਇਹਦੇ 'ਤੇ ਵਿਸ਼ਵਾਸ ਕਰਦੇ ਸੀ ਇਹਨੇ ਵਿਸ਼ਵਾਸ ਕੀਤਾ ਜਿਹਦੀ ਸਜ਼ਾ ਇਹ ਪਾਊ ਅਸੀਂ ਪੁਲਿਸ ਨੇ ਇਹ ਕੰਮ ਕੀਤਾ ਜਿਹੜਾ ਉਹਨੂੰ ਪੂਰੀ ਤਨਦੇਹੀ ਨਾਲ ਪੂਰਾ ਉਵੇਂ ਕਰਕੇ ਅਸੀਂ 100% ਇਹਦਾ ਜਿਹੜਾ ਗੋਲਡ ਹੈ ਜਿਹੜਾ 75 ਲੱਖ ਦੇ ਕਰੀਬ ਹੈ ਉਹ ਰਿਕਵਰ ਕਰਨ 'ਚ ਕਾਮਯਾਬ ਸਰ ਇਹ ਕਿੰਨੀ ਦੇਰ ਤੋਂ ਉੱਥੇ ਕੰਮ ਕਰ ਰਿਹਾ ਸੀ ਕੁਛ ਇਹ ਲਗਭਗ ਫਰਵਰੀ 2020 ਤੋਂ ਲਗਭਗ 2 ਸਾਲ ਕਹਿ ਲਓ 2 ਸਾਲ ਤੋਂ ਕਹਿ ਲਓ ਇੱਕ ਹੋਰ ਇੰਪੋਰਟੈਂਟ ਗੱਲ ਹੈ ਇਹਦੇ ਵਿੱਚ ਉਹਨਾਂ ਨੇ ਕੰਪਨੀ ਜਿਹੜੀ ਪੀਸੀ ਜੂਲਰਸ ਵਾਲੇ ਆ ਇਹ ਬੜੇ ਇਸ ਗੱਲ ਲਈ ਥੈਂਕਫੁਲ ਸੀ ਵੀ ਪੁਲਿਸ ਨੇ ਬੜੇ ਇਫੈਕਟਿਵ ਢੰਗ ਦੇ ਨਾਲ 100% ਰਿਕਵਰੀ ਕਰਾ ਦਿੱਤੀ ਜਿਹੜੀ ਉਸ ਗੱਲ ਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਅਸੀਂ ਜਿਹੜੀ ਪੁਲਿਸ ਪਾਰਟੀ ਨੇ ਮਿਹਨਤ ਕੀਤੀ ਆ ਅਸੀਂ ਉਹਨੂੰ ਉਹਦੇ ਕੈਸ਼ ਰਿਵਾਰਡ ਕਰਨਾ ਚਾਹੁੰਦੇ ਹਾਂ ਅਤੇ ਅਸੀਂ ਬੜੀ ਮੈਂ ਨਿਮਰਤਾ ਦੇ ਸਹਿਤ ਜ਼ਿਲ੍ਹਾ ਕਮਿਸ਼ਨਰ ਪੁਲਿਸ ਵੱਲੋਂ ਉਹਨਾਂ ਦਾ ਇਸ ਗੱਲ ਲਈ ਧੰਨਵਾਦ ਕੀਤਾ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਸਾਨੂੰ ਤਨਖਾਹਾਂ ਮਿਲਦੀਆਂ ਅਸੀਂ ਕੈਸ਼ ਰਿਵਾਰਡ ਲਈ ਕੰਮ ਨਹੀਂ ਕਰਦੇ ਸਾਡੀ ਡਿਊਟੀ ਬਣਦੀ ਹੈ ਜੇ ਕ੍ਰਾਈਮ ਹੁੰਦਾ ਤਾਂ ਅਸੀਂ ਜੀ ਜਾਨ ਨਾਲ ਉਹਨੂੰ ਉੱਥੋਂ ਉਹਦੇ ਲਾ ਲਈਏ ਇਸ ਕਰਕੇ ਪਰ ਉਹਨਾਂ ਨੂੰ ਮੈਂ ਸੁਝਾਅ ਦਿੱਤਾ ਵੀ ਜੇ ਤੁਸੀਂ ਵਾਕਈ ਕੋਈ ਪੁੰਨਦਾਨ ਕਰਨਾ ਚਾਹੁੰਦੇ ਆ ਤਾਂ ਇੱਥੇ ਕਿਸੇ ਵੀ ਸਰਕਾਰੀ ਲੜਕੀਆਂ ਦੇ ਸਕੂਲ ਦੇ ਵਿੱਚ ਪ੍ਰਿੰਸੀਪਲ ਨੂੰ ਪੁੱਛ ਲਿਓ ਜਾ ਕੇ ਉੱਥੇ ਕੀ ਕਮੀ ਪੇਸ਼ੀ ਆ ਆਪਦੀ ਜਿੰਨੀ ਸ਼ਰਧਾ ਦੇ ਅਨੁਸਾਰ ਆਪਦੇ ਉੱਥੇ ਉਹਦੀਆਂ ਚੀਜ਼ਾਂ ਨੂੰ ਪੂਰਾ ਕਰ ਦਿਓ ਜੇ ਉਹਦੇ ਨਾਲ ਇਹਨਾਂ ਨੂੰ ਦੁਆਵਾਂ ਮਿਲਣਗੀਆਂ ਨਾਲ ਨਾਲ ਆਪਦੇ ਬੰਦਿਆਂ ਨੂੰ ਪ੍ਰੋਪਰ ਫਿਲਟਰ ਕਰਕੇ ਰੱਖੋ ਅਤੇ ਉਹਨਾਂ 'ਤੇ ਨਿਗਰਾਨੀ ਵੀ ਰੱਖੋ ਕਿ ਤੁਹਾਡਾ ਤਾਂ 75 ਲੱਖ ਦਾ ਚੋਰੀ ਹੋਇਆ ਅਤੇ ਵਾਪਸ ਆ ਗਿਆ ਪੁਲਿਸ ਦੇ ਕਿੰਨੇ ਘੰਟੇ ਇਸ ਗੱਲ ਦੇ ਵਿੱਚ ਜਿਹੜੇ ਲੱਗ ਗਏ ਇਹ ਇੱਕ ਕੁਐਸਚਨ ਹੈ ਇਹਦੀ ਵੈਰੀਫਿਕੇਸ਼ਨ ਕਰਵਾਈ ਹੋਈ ਸੀ ਉਹਨਾਂ ਨੇ ਇਹਦਾ ਰਿਕਾਰਡ ਚੈੱਕ ਕਰਾਂਗੇ ਜੀ ਹੁਣ ਸਾਰਾ ਕੁਛ ਹੀ ਇਹਨੂੰ ਕਰਾਂਗੇ ਜਿਹੜੀ ਵੈਰੀਫਿਕੇਸ਼ਨ ਕਰਾਈ ਆ ਇਹ ਬੰਦੇ ਦਾ ਨਾਲ ਸਹਿਜਾਰ ਕੀ ਸੀ ਹਜੇ ਤੱਕ ਇਹੀ ਪਤਾ ਲੱਗਿਆ ਵੀ ਇਹ ਲੋਨ ਵੁਲਫ ਸੀ ਇਕੱਲਾ ਹੀ ਬੈਠਾ ਇਹ ਸਕੀਮ ਬਣਾਈ ਇਕੱਲਿਆਂ ਨੇ ਇਹ ਕਰਨਾ ਫਿਰ ਇਹਨੂੰ ਲੱਗਿਆ ਕਿਤੇ ਰਾਹ 'ਚ
ਫੜਿਆ ਨਾ ਜਾਵਾਂ। ਫਿਰ ਇਹਨੇ ਹੋਰਾਂ ਨੂੰ ਇਨਵੋਲਵ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਨਹੀਂ ਗੱਲ ਬਣੀ ਆਪ ਹੀ ਆ ਕੇ ਵੇਚ ਕੇ ਅਤੇ ਇਹਨੇ ਭੱਜ ਜਾਣਾ ਸੀ, ਨੇਪਾਲ ਸੈਟਲ ਹੋ ਜਾਣਾ ਸੀ ਜੇ ਪੁਲਿਸ ਮੁਸਤੈਦ ਨਾ ਹੁੰਦੀ, ਅਤੇ ਇਹ ਸਾਰਾ 75 ਲੱਖ ਰੁਪਇਆ ਗਿਆ ਸੀ। ਥੈਂਕ ਯੂ ਸੋ ਮਚ।